ਤੁਸੀਂ ਘਰ ਬੈਠੇ ਕਰ ਲੈਨੇ ਆਂ ਤੇ ਜਦੋਂ ਤੁਸੀਂ ਬੇਸਮੈਂਟ ਦਾ ਪ੍ਰੋਜੈਕਟ ਸ਼ੁਰੂ ਕਰਨ ਲੱਗਦੇ ਆਂ ਤਾਂ ਤੁਸੀਂ ਕੰਟਰੈਕਟਰ ਨੂੰ ਕਾਲ ਕਰਕੇ ਕਹਿੰਨੇ ਆਂ ਵੀ ਭਾਈ ਆਇਓ ਤੇ ਆਪਾਂ ਕੋਟ ਲੈਣਾ ਤੇ ਕੰਟਰੈਕਟਰ ਜਦੋਂ ਕੋਟ ਲੈਣ ਵਾਸਤੇ ਆਉਂਦਾ ਤਾਂ ਤੁਸੀਂ ਉਹਨੂੰ ਦਿਖਾਉਨੇ ਆਂ ਵੀ ਦੇਖੋ ਭਾਈ ਬਿਲਡਰ ਨੇ ਉਹਨੂੰ ਸਾਨੂੰ ਸਾਈਡ ਐਂਟਰੈਸਸ ਦਿੱਤੀ ਹੋਈ ਹੈ ਆਲਰੇਡੀ ਤੇ ਸਾਨੂੰ ਸਾਈਡ ਐਂਟਰੈਸ ਨਹੀਂ ਚਾਹੀਦੀ ਸੀ ਸੈਪਰੇਟ ਸਾਈਡ ਐਂਟਰੈਸਸ ਭਾਈ ਤਾਂ ਬਿਲਡਰ ਵੀ ਹੈਬ ਤਾਂ ਤੁਹਾਨੂੰ ਕੰਟਰੈਕਟਰ ਕਹਿੰਦਾ ਵੀ ਭਾਈ ਇਹ ਤਾਂ ਚੱਲਣੀ ਨਹੀਂ ਨੀ ਹੈਗੀ ਤੁਹਾਡੀ ਤੁਸੀਂ ਕਹਿੰਦੇ ਇਦਾਂ ਕਿਦਾਂ ਹੋ ਸਕਦਾ ਵੀ ਇਹ ਤਾਂ ਬਿਲਡਰ ਨੇ ਦਿੱਤੀ ਹੈ ਬਿਲਡਰ ਲੋ ਪਾਸ ਆ ਸਾਰਾ ਕੁਝ ਲੀਗਲ ਆ ਸਾਰਾ ਕੁਝ ਉਹ ਕਹਿੰਦਾ ਭਾਈ ਪਾਸ ਤਾਂ ਹੈਗੀ ਆ ਲੀਗਲ ਤਾਂ ਹੈਗੀ ਆ ਉਹ ਪਰ ਇਕੱਲੀ ਸਾਈਡ ਇੰਟਰੈਸਟ ਦਾ ਕੀ ਹੈਗੀ ਗੱਲ ਕਿਉਂਕਿ ਜਿਹੜੀ ਸਾਈਡ ਦੇਤੇ ਨੇ ਸਾਈਡ ਇੰਟਰੈਸਟ ਦਿੱਤੀ ਆ ਉਸ ਪਾਸੇ ਤਾਂ ਤੁਹਾਡੇ ਕੋਲ ਘਰ ਦੇ ਵਿੱਚ ਜਗ੍ਹਾ 1.5 ਫੁੱਟ ਸਾਰੀ ਜਦ ਕਿ ਆਪਾਂ ਨੂੰ ਨੰਗਣ ਵਾਸਤੇ ਉਹ ਆਉਣ ਜਾਣ ਵਾਸਤੇ 4 ਫੁੱਟ ਜਗ੍ਹਾ ਹੀ ਚਾਹੀਦੀ ਆ ਤਾਂ ਬਿਲਡਰ ਨੇ ਕਿ ਕਿਦਾਂ ਦੇ ਦਿੱਤੀ ਫਿਰ ਉਹ ਬਿਲਡਰ ਕੀ ਕਰਦਾ 2 ਫੁੱਟ 3 ਫੁੱਟ ਅੰਦਰ ਕਰਕੇ ਉਹਨਾਂ ਕੇਰੀਆ ਡੋਰ ਲਾ ਦਿੰਦਾ ਉੱਥੇ ਬਾਰਲੇ ਪਾਸੇ ਜਗਾ ਸਿਰਫ ਡੇਢ ਫਟ ਹੁੰਦੀ ਹੈ ਕਿਉਂਕਿ ਉਹਨੂੰ ਉੱਥੇ ਸੂਟ ਕਰਦੀ ਆ ਡੋਰ ਉੱਥੇ ਦੇ ਦਿੰਦਾ ਘਰ ਦੇ ਉਨਰ ਦੇ ਉੱਤੇ ਇੱਕਦਮ ਜਿਹੜਾ ਖਰਚ ਆਇਆ ਉਹ 15000 ਡਾਲਰ ਦਾ ਵੱਧ ਜਾਂਦਾ ਪਹਿਲਾਂ ਵੀ ਪੈਸੇ ਉਹਨੇ ਵਾਧੂ ਦਿੱਤੇ ਹੁੰਦੇ ਇਸ ਚੀਜ਼ ਦੇ ਵਿੱਚ ਵੀ ਸਾਈਡ ਇੰਟਰਨਸ ਸਾਡੇ ਤੋਂ ਹੈਗੀ ਆ ਤੇ ਉਹ ਹੋਣ ਦੀ ਨਾ ਹੁੰਦੀ ਇੱਕ ਬਰਾਬਰ ਹੋ ਜਾਂਦੀ ਆ ਬਾਅਦ ਚਾ ਕੇ ਤੁਸੀਂ ਇਹਨਾਂ ਗੱਲਾਂ ਦਾ ਜੇ ਸ਼ਿਕਾਰ ਬਣੇ ਹੋ ਜਾਂ ਤੁਹਾਡੇ ਨਾਲ ਇਦਾਂ ਦੀ ਚੀਜ਼ ਹੋਈ ਹੈ ਜੇ ਤੁਸੀਂ ਚਾਹੋਦੇ ਆ ਕਿ ਇਹ ਜਿਹਾ ਗਾਂ ਫਿਊਚਰ ਦੇ ਵਿੱਚ ਕਦੇ ਤੁਹਾਡੇ ਨਾਲ ਨਾ ਹੋਵੇ ਤਾਂ ਤੁਸੀਂ ਇੱਕ ਵਧੀਆ ਰੀਅਲਟਰ ਨੂੰ ਲਾਇਆ ਕਰ ਸਕਦੇ ਆ ਜਿਹਦੇ ਕੋਲ ਕੰਸਟਰਕਸ਼ਨ ਦੀ ਵੀ ਨੌਲੇਜ ਹੋਵੇ ਉਹਦੇ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਹਾਂਜੀ ਮੇਰਾ ਨਾਮ ਇੰਦਰਜੀਤ ਅਠਵਾਲ ਕੰਪਨੀ ਅਠਵਾਲ ਰੀਨੋਵੇਸ਼ਨ ਐਂਡ ਆਮ ਆਲਸੋ ਅ ਰੀਅਲਟਰ ਵਿਦ ਰੀਮੈਕਸ ਐਕਸੀਲੈਂਸ ਤarro ਰੀਅਲ ਏਸਟੇਟ ਦੀਆਂ ਸਬਾਵਾਵਾਂ ਚਾਹੀਦੀਆਂ ਹੋਣ ਜਿਹਦੇ ਵਿੱਚ ਤੁਸੀਂ ਫਿਊਚਰ ਦੇ ਵਿੱਚ ਕੰਸਟਰਕਸ਼ਨ ਦੇ ਵਿੱਚ ਵੀ ਕੁਛ ਨਾ ਕੁਛ ਕਰਨਾ ਹੋਵੇ ਤਾਂ ਤੁਹਾਨੂੰ ਪਹਿਲਾਂ ਹੀ ਉਹਦੇ ਬਾਰੇ ਜਾਣਕਾਰੀ ਮਿਲ ਸਕਦੀ ਵੀ ਇਹ ਹੋ ਸਕਦਾ ਜਾਂ ਨਹੀਂ ਹੋ ਸਕਦਾ ਕਿਹੜੀ ਚੀਜ਼ ਦੇ ਵਿੱਚ ਤੁਹਾਨੂੰ ਕੱਲ ਨੂੰ ਇਹਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਸੋ 올 ਅੰਡਰ ਵਨ ਰੂਫ ਇਫ ਯੂ ਵਾਂਟ ਟੂ ਗੈਟ ਇਟ ਯੂ ਕੈਨ ਕਾਲ ਮੀ ਰਿਗਾਰਡਿੰਗ 올 ਯੂਰ ਰੀਅਲ ਏਸਟੇਟ ਨੀਡਸ ਕਿਸੇ ਤਰ੍ਹਾਂ ਦੀਆਂ ਰੀਅਲ ਏਸਟੇਟ ਦੀਆਂ ਸਬਾਵਾਵਾਂ ਤੇ ਲਈ ਤੁਸੀਂ ਮੇਰੇ ਨਾਲ ਕਦੇ ਵੀ ਸੰਪਰਕ ਕਰ ਸਕਦੇ ਆਂ construction ਦੀਆਂ ਸੇਵਾਵਾਂ ਮਾ ਦਿੱਲੀ ਤੁਸੀਂ ਮੇਰੇ ਨਾਲ ਕਦੇ ਵੀ ਸੰਪਰਕ ਕਰ ਸਕਦੇ ਹੋ। ਉਕਤ ਅਨੁਸਾਰੀਆਂ ਸੇਵਾਵਾਂ ਇੱਕੋ ਛਤ ਦੇ ਥਲੇ ਦਿੱਤੀਆਂ ਜਾਣਗੀਆਂ। ਧੰਨਵਾਦ।